ਹੈਲੋ 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 ਸਾਡੇ ਦਰਮਿਆਨ ਸੰਤ ਬਾਬਾ ਲਾਲਦਾਸ ਜੀ ਬਾਬਾ ਬਜਰੰਗੀ ਦਾਸ ਜੀ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਜੀਓ ਐ ਕਹਿੰਦੇ ਹਾਂ ਫਤਿਹ ਯੂਥ ਕਲੱਬ ਵੱਲੋਂ ਹੈਲੋ ਖੇਡ ਮੈਦਾਨ ਦੇ ਵਿਚਕਾਰ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਭਗਤਾ ਭਾਈ ਵਰਸੀ ਫੂਲ ਦੀਆਂ ਟੀਮਾਂ ਦੇ ਦਰਮਿਆਨ ਹੈ ਤੇ ਫੂਲ ਦੀ ਟੀਮ ਜਿਹੜੀ ਸਟੇਜ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਭਗਤਾ ਭਾਈ ਹੈ ਭਗਤੇ ਭਾਈ ਦੀ ਟੀਮ ਦੀ ਤਰਫੋਂ ਇਹ ਹੈ ਗੋਰਾ ਰਮਾਣਾ ਅਜੀਤ ਸਿੰਘ ਪਿੰਡ ਦਾ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਕੇ ਵਾਪਸ ਆਪਣੇ ਪਾਲੇ ਦੇ ਵਿੱਚ ਵਰਤਦਾ ਹੋਇਆ ਤੇ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇੱਧਰ ਫੂਲ ਦੀ ਟੀਮ ਦਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਤੇ ਉੱਧਰ ਭਗਤੇ ਭਾਈ ਦੀ ਟੀਮ ਹੈ ਭਗਤੇ ਭਾਈ ਦੇ ਹੜੰਬੇ ਪੂਰੀ ਦੁਨੀਆ ਭਰ ਵਿੱਚ ਮਸ਼ਹੂਰ ਹੈ ਗੀਤਕਾਰੀ ਦੇ ਖੇਤਰ ਦੇ ਵਿੱਚ ਕਰਮਜੀਤ ਪੁਰੀ ਦਾ ਨਾਂ ਚੱਲਿਆ ਹੈ ਤੇ ਕਬੱਡੀ ਦੇ ਖਿਡਾਰੀ ਵੀ ਭਗਤੇ ਭਾਈ ਦੇ ਪ੍ਰਸਿੱਧ ਹੋਏ ਹੈ ਇਧਰਲੇ ਪਾਸੇ ਪੁਆਇੰਟ ਜਿਹੜਾ ਹੈ ਇਹ ਫੂਲ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਜਾਣੋ ਸਾਡੇ ਦਰਮਿਆਨ ਅਮਿਤੋਜ ਧਾਲੀਵਾਲ ਰੁੱਬਲ ਚੇਅਰਮੈਨ ਬਾਬਾ ਫਰੀਦ ਕਾਲਜ ਦਿਉਣ ਉਹਨਾਂ ਦੇ ਨਾਲ ਕੁਲਵਿੰਦਰ ਸਿੰਘ ਜੀ ਡਾਇਮੰਡ ਰਿਕਾਰਡਸ ਵਾਲੇ ਉਹ ਉਚੇਚੇ ਤੌਰ ਤੇ ਪਹੁੰਚੇ ਨੇ ਅਸੀਂ ਫਤਿਹ ਯੂਥ ਕਲੱਬ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਸਾਡੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਹੈ ਅਮਿਤੋਜ ਧਾਲੀਵਾਲ ਰੁੱਬਲ ਜੀ ਚੇਅਰਮੈਨ ਬਾਬਾ ਫਰੀਦ ਕਾਲਜ ਦਿਉਣ ਤਲਵਿੰਦਰ ਸਿੰਘ ਜੀ ਡਾਇਮੰਡ ਰਿਕਾਰਡਸ ਵਾਲੇ ਉਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਹਾਂ ਫਤਿਹ ਯੂਥ ਕਲੱਬ ਕੰਨੀ ਉਹ ਚੰਨੀ ਮਾਨਸਾ ਦਾ ਜੋ ਕਿ ਸਾਡੇ ਦਰਮਿਆਨ ਪਹੁੰਚ ਗਏ ਹੈ ਅਸੀਂ ਬਹੁਤ ਜੀ ਆਏ ਹਾਂ ਕਹਿੰਦੇ ਹਾਂ ਤੇ ਧੰਨਵਾਦ ਕਰਦੇ ਹਾਂ ਚੰਨੀ ਮਾਨਸਾ ਜੀ ਦਾ ਇੱਕ ਪਾਸੇ ਵੇਖੋ ਇਹ ਕੇਵਲ ਭਗਤੇ ਵਾਲਾ ਇੱਕ ਕੇਵਲ ਭਾਉ ਜੈਤੋ ਵਾਲਾ ਵੀ ਪੁੱਜਿਆ ਹੋਇਆ ਪਰ ਦੂਜੇ ਪਾਸੇ ਨੌਜਵਾਨ ਭਗਤੇ ਵਾਲਾ ਕੇਵਲ ਕਹਿੰਦੇ ਇੰਗਲੈਂਡ ਵੀ ਖੇਡਿਆ ਨਿਊਜ਼ੀਲੈਂਡ ਦੀਆਂ ਵੀ ਸੈਰਾਂ ਕੀਤੀਆਂ ਤੇ ਜੱਫੇ ਦੁਬਈ ਦੇ ਵਿੱਚ ਵੀ ਲਾਏ ਹੈ ਇਸ ਸਮੇਂ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਨੌਜਵਾਨ ਗੱਭਰੂ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਗੋਰਾ ਨਿਸ਼ੋਰਾ ਰੰਗ ਹੈ ਕਹਿੰਦੇ ਗੋਰੇ ਗੋਲੇ ਵਾਲੀਏ ਦੇ ਲਾਏ ਜੱਫਿਆਂ ਨੂੰ ਦੁਨੀਆ ਅੱਜ ਵੀ ਚੇਤੇ ਕਰਦੀ ਹੈ ਤੇ ਨਾਲ ਇੱਧਰ ਭੈਣੀ ਬਾਈਏ ਵਾਲਾ ਵੀ ਪੁੱਜਿਆ ਇਹ ਆ ਗੋਰਾ ਰਮਾਣੇ ਅਜੀਤ ਸਿੰਘ ਦੀ ਧਰਤੀ ਦਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਤੇ ਉੱਧਰ ਸਾਡਾ ਸਾਥੀ ਬੁਲਾਰਾ ਲੱਖੀ ਲਹਿਰੇ ਵਾਲਾ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜਗਦੇਵ ਸਿੰਘ ਜੀ ਉਹ ਵੀ ਚੇਚੇ ਤੌਰ ਤੇ ਇਹਨਾਂ ਮੈਚਾਂ ਨੂੰ ਦੇਖਣ ਦੇ ਲਈ ਪੁੱਜੇ ਹੋਏ ਹੈ ਧੰਨਵਾਦ ਹੈ ਜੀ ਐਂ ਆਖਿਆ ਜਾਂਦਾ ਹੈ ਤੇ ਗੋਰਾ ਰਮਾਣਿਆਂ ਵਾਲਾ ਪੁਆਇੰਟ ਜਿਹੜਾ ਭਗਤੇ ਭਾਈ ਦੀ ਟੀਮ ਦੇ ਹਿੱਸੇ ਜੋੜਦਾ ਹੈ ਕਬੱਡੀ ਫੂਲ ਵਾਲੇ ਦੀ ਹੈ ਤੇ ਮਾਈਕ ਤੇ ਗੱਲ ਦਵਿੰਦਰ ਚੜਿੱਕ ਵਾਲਾ ਕਰਨ ਜਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਨੌਜਵਾਨ ਇੱਕ ਪਾਸੇ ਗੱਭਰੂ ਫੂਲ ਦੀ ਧਰਤੀ ਦਾ ਗੱਭਰੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਔਰ ਪਾਈ ਹੋਈ ਕਬੱਡੀ ਇਸ ਨੌਜਵਾਨ ਦੀ ਹੈ ਔਰ ਇਸ ਤੋਂ ਜਿਹੜਾ ਅਗਲਾ ਮੁਕਾਬਲਾ ਡੇਰਾ ਖਿਆਲਾਂ ਵਾਲਾ ਔਰ ਵਰਸਸ ਦੁੱਲੇ ਵਾਲਾ ਲਓ ਆਹ ਨੌਜਵਾਨ ਕਹਿੰਦੇ ਹਰਜੀਤ ਫਰੈਂਚ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੇ ਲਈ ਖੇਡਦਾ ਹੈ ਇਹ ਆ ਨੌਜਵਾਨ ਰਮਨਾ ਭਗਤੇ ਦੀ ਧਰਤੀ ਦਾ ਜਿੱਥੋਂ ਤੱਕ ਕਹਿੰਦੇ ਭੂਤਾਂ ਵਾਲਾ ਖੂਹ ਵੀ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਔਰ ਲਾ ਤੱਕ ਦਾ ਜੱਟਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰਮਨਾ ਭਗਤੇ ਵਾਲਾ ਇਸ ਨੌਜਵਾਨ ਦਾ ਕਹਿੰਦੇ 78 ਜਾਂ 89 ਕਿਲੋ ਭਾਰ ਹੋਵੇਗਾ ਇਹ ਹੈ ਕਹਿੰਦੇ ਗੋਰਾ ਭੈਣੀ ਬਾਈਏ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲਾ ਧਾਵਾ ਬੋਲਦਾ ਹੋਇਆ ਔਰ ਕਹਿੰਦੇ ਲੱਖੀ ਲਹਿਰੇ ਵਾਲਾ ਵੀ ਪੁੱਜਿਆ ਉਸਦੇ ਫਾਦਰ ਸਾਹਿਬ ਵੀ ਪੁੱਜੇ ਹੈ ਮੈਚਾਂ ਦਾ ਆਨੰਦ ਮਾਣ ਰਹੇ ਹੈ ਔਰ ਦੂਸਰੇ ਪਾਸੇ ਇੱਕ ਪਾਸੇ ਕਹਿੰਦੇ ਗੋਰਾ ਭੈਣੀ ਬਾਈਏ ਦੀ ਧਰਤੀ ਦਾ ਔਰ ਦੂਸਰੇ ਪਾਸੇ ਗੱਭਰੂ ਕਰਦਾ ਹੋਇਆ ਟਰਾਈ ਸ਼ਾਟ ਵਿੱਚ ਇਸ ਸਰੀਰ ਦਾ ਔਰ ਗੋਰਾ ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਇਸ ਤੋਂ ਅਗਲਾ ਮੈਚ ਡੇਰਾ ਖਿਆਲਾ ਕਲਾਂ ਤੇ ਦੁੱਲੇ ਵਾਲਾ ਵੀ ਟੀਮਾਂ ਆਪਣੇ ਮੈਚਾਂ ਲਈ ਤਿਆਰ ਰਹਿਣ ਕਰਾੜ ਵਾਲਾ ਵਰਸਿਸ ਡੇਰਾ ਟੁੱਡੇ ਤੇ ਬੀਬੀ ਵਾਲਾ ਤੇ ਭਾਗੂ ਇਹ ਟੀਮਾਂ ਜਿਹੜੀਆਂ ਆਪਣੇ ਮੈਚਾਂ ਲਈ ਤਿਆਰ ਹੋ ਜਾਣ ਔਰ ਲਾਸਟ ਜਿਹੜਾ ਮੈਚ ਹੈ ਬੀਬੀ ਵਾਲਾ ਤੇ ਭਾਗੂ ਉਸ ਤੋਂ ਅਗਲੇ ਮੈਚਾਂ ਦੀਆਂ ਜਿਹੜੀਆਂ ਲਿਸਟਾਂ ਜੀ ਉਹ ਵੀ ਆਪਾਂ ਜਲਦੀ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ ਉਹ ਸਾਹਮਣੇ ਇੱਕ ਪਾਸੇ ਗੱਭਰੂ ਭਗਤੇ ਦੀ ਧਰਤੀ ਦਾ ਨੌਜਵਾਨ ਕਰਦਾ ਹੋਇਆ ਟਰਾਈ ਔਰ ਦੂਸਰੇ ਪਾਸੇ ਫੂਲ ਵਾਲਾ ਜਿਹੜਾ ਡੱਕਿਆ ਜਾ ਚੁੱਕਿਆ ਹੈ ਔਰ ਸੇਵਾ ਸਿੰਘ ਜੀ ਮਚਾਕੀ ਵਾਲੇ ਕਰਦੇ ਹੋਏ ਇਸ਼ਾਰਾ ਕਿ ਪੁਆਇੰਟ ਇਸ ਗੱਭਰੂ ਜਾਫੀ ਦਾ ਹੈ ਚੱਲ ਵੀ ਇਧਰਲੇ ਪਾਸੇ ਗੋਰਾ ਨੌਜਵਾਨ ਰਮਾਣਾ ਅਜੀਤ ਸਿੰਘ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਵੀ ਸ਼ੀਸ਼ੇ ਮੂਹਰੇ ਇੱਕ ਨੂੰ ਹਰੇਕ ਤਰਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਿਆ ਤੇ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਤੇ ਚਾਹੀਦੀ ਫਲਾਰ ਜਿਹੀ ਹੱਡੀ ਲੰਗੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਗੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਗੇ ਆਣੀਆਂ
मुकाबला समाप्त है ते चलदे हुए मुकाबले दे विच भगते भाई दी टीम जिहड़ी जित रही है ते हुण जिहड़ा मैच है डेरा ख्याला कलां वर्सी ये दुल्ले वाला दीआं टीमां दे दरमियान है। डेरा ख्याला कलां ते दुल्ले वाला दोनों टीमां जल्दी नाल खेड मैदान दे विच आ जाण। उस तों अगला जिहड़ा मैच है कराड़ वाला ते डेरा टुड्डे बीबी वाला ते भागू। पहले राउंड का जिहड़ा आखिरी मुकाबला है बीबी वाला ते भागू हुण जिहड़ा मैच स्टार्ट होण लग्या है डेरा ख्याला कलां ते दुल्ले वाला। दुल्ले वाली टीम पुज गई है जी। डेरा ख्याला कलां नूं मेरी बेनती है वह भी टीम जिहड़ी खेड मैदान दे विच आ जावे। हाँ जी जल्दी नाल दोनों टीमां खेड मैदान दे विच आ जाण और जिहड़ा मैच स्टार्ट किया जाए। और ख्याला नूं मेरी बेनती है डेरा ख्याला कलां हेलो डेरा ख्याला कलां वर्सी दुल्ले वाला। दोनों टीमों के खिलाड़ी साहबानों साडी बेनती है मैच जिहड़े जल्दी दे नाल स्टार्ट कर दिता जाए। टीमों के प्लेयर बाकी दे प्लेयर भी ग्राउंडा दे वल जल्दी दे नाल पुजणगे। आ जाओ मेरे वीर आवाजा काफ़ी समय तो मार रहे हैं जिन्हिया भी टीमां पुजियां जिन्हें भी दर्शक वीर पहुँचे हुए है सारिया पुजिया हुई टीमों का पुजी हुई संगत का तय दिलों धन्यवाद है ते जी आया आख्या जाता समुचे नगर की तरफों समुचे फतेह यूथ क्लब की तरफों संत बाबा लाल दास जी ते बाबा बजरंगी दास जी की तरफों जिनी भी संगत पुजी हुई है सारी संगत का धन्यवाद है ते सारे दानी सज्जना का तय दिलों धन्यवाद है जिन्हां साडे वीरां ने इस खेड मेले दे विच अपने योगदान पाए है। समुचे नगर भोखड़ा दे वड्डे योगदान है अज दे इस कबड्डी टूरनामेंट दे लई ते मैच खेड मैदान दे विचकार दुल्ले वाला वर्सी डेरा ख्याली कलां दी टीमां दे दरमियान मुकाबला जिहड़ा स्टार्ट होण जा रहा है। तो उधर धन्नवाद है हौलदार गुरचरण सिंह जी जंड वाला ते हौलदार गुरचरण सिंह जी खेमू वाला कबड्डी दे शदाई है ते जिथे भी खेड मेला हुंदा हर खेड मेला देखण दे लई पुजदे है ते इसे तरह दीआं रौनकां कल नूं इक प्लेयर ओपन दे विच बाहरों खेडना है पिंड फूले वाला जिला मोगा का नगर है ते 29 तरीक नूं प्यारियाने दे लागे फिरोजपुर दे लागे करके माणा सिंह वाला पिंड है 29 तरीक नूं रौनकां माणे वाले दे विच लगणगियां ते 2 तरीक नूं पन्नी वाला फत्ता दी धरती है ते 4 तरीक जिहड़ी दयालपुरा मिर्जे के दे खेड मेले दीआं आप सब नूं सद्दे है ते 8 तरीक नूं रौनकां माड़ी मुस्तफा दे विच है ते इस समय मुकाबला खेड मैदान दे विचकार स्टार्ट होण जा रहा है। दुल्ले वाला वर्सी डेरा ख्याली कलां दुल्ले वाले की टीम जिहड़ी खेतां वाली साइड है ते स्टेज वाले पासे डेरा ख्याली कलां की टीम है। नौजवान गभरू ने कबड्डी पाई है ते जफा लगता होया खेड मैदान दे विच है ते हुण देखदे पॉइंट जिहड़ा जफियां दे हिस्से जा जुड़िया है। इस तों अगले जिहड़े मैच है कृपा करके वह भी दविंदर जी अनाउंस कर दिओ। 31 मार्च ते 1 अप्रैल की जिहड़ी तरीक है वह चंदवादे दे खेड मेले की है और डेरा ख्याला कलां टीम जी इधर स्टेज वाले पासे है और शिपदे वाले पासे टीम जी दुल्ले वाले दी है। लो पहली कबड्डी खेड मैदान पाउण लई नौजवान लुधर ख्याला की धरती का इस वेले खेड मैदान वध्या होया। लो कहिंदे संदीप लुधर जिस नौजवान दीआं कहिंदे कबड्डियां तो उपर लखां दे सट्टे लगदे है और नौजवान बहुत सोहना पॉइंट अपनी टीम दे हिस्से जोड़दा होया लुधर ख्याला वाला। अगली कबड्डी पाउण लई कहिंदे मनी शांट विजे शरीर दा सामने 4 जाफी है। लो 4 जाफियां दे विचों केड़ा गबरू
ਕਰੂਗਾ ਕੋਸ਼ਿਸ਼ ਇਸ ਨੌਜਵਾਨ ਨੂੰ ਡੱਕ ਲੈਣ ਦੀ। ਕਰਾੜ ਵਾਲਾ ਤੇ ਡੇਰਾ ਟੁੱਡੇ ਇਹ ਟੀਮਾਂ ਵੀ ਆਪਣੇ ਮੈਚਾਂ ਲਈ ਤਿਆਰ ਰਹਿਣ। ਕਰਾੜ ਵਾਲਾ ਤੇ ਡੇਰਾ ਟੁੱਡੇ ਇਹ ਟੀਮਾਂ ਨੂੰ ਮੇਰੀ ਬੇਨਤੀ ਆਪਣੇ ਮੈਚਾਂ ਲਈ ਤਿਆਰ ਹੋ ਜਾਣ। ਨਾ ਉਹ ਸਾਹਮਣੇ ਹੰਦਿਆਂ ਦੇ ਲਾਗੇ ਚੱਲਦਾ ਹੋਇਆ ਸੰਘਰਸ਼ ਮੇਰੇ ਪੰਜਾਬੀ ਵੀਰੋ ਛੱਟ ਵਜੇ ਸਰੀਰ ਦਾ ਨੌਜਵਾਨ ਜਵਾਨੀ ਦੇ ਵਿੱਚ ਨੌਜਵਾਨ ਗੱਭਰੂ ਨੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਿਆ। ਕੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਤੇ ਮੁਸ਼ਕੀ ਜਾਂ ਰੰਗ ਹੈ ਨੌਜਵਾਨ ਗੱਭਰੂ ਦਾ। ਇਸ ਸਮੇਂ ਦੇਖੋ ਕਬੱਡੀ ਪਾਉਂਦਾ ਹੋਇਆ ਹੈ, ਇਹ ਆ ਮੁਸ਼ਤਾਕ ਇਸ ਸਮੇਂ ਕਬੱਡੀ ਪਾ ਰਿਹਾ ਹੈ। ਤੇ ਹੁਣ ਚਾਰ ਜਾਫੀ ਆ ਉਧਰਲੇ ਪਾਸੇ ਬੇਨੜੇ ਦੇ ਨਿੰਦੀ ਦਾ ਸਟਾਈਲ ਜਾਂ ਫਰੰਦੀਪੁਰ ਦੇ ਗੋਪੀ ਵਰਗਾ ਸਟਾਈਲ ਟੁੱਟ ਕੇ ਪੈਣਾ ਕਹਿੰਦੇ ਇਹਨਾਂ ਖਿਡਾਰੀਆਂ ਦੀ ਵੱਖੋ ਵੱਖਰੀ ਪਛਾਣ ਹੈ, ਗੱਭਰੂ ਦਾ ਵੱਖਰਾ ਸਟਾਈਲ ਹੈ। ਬੱਗਾ ਭੁੱਲਰ ਟਰਾਲੀ ਕੋਲੇ ਪਹੁੰਚੇ ਬੱਗਾ ਭੁੱਲਰ ਚੱਲ ਵੀ ਇਧਰਲੇ ਪਾਸੇ ਹਨੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾ ਰਿਹਾ ਹੈ। ਤੇ ਕੱਲ੍ਹ ਨੂੰ ਕਹਿੰਦੇ ਰਾਮਿਆਣੇ ਦੇ ਵਿੱਚ ਵੀ 41-31 ਦੀ ਗੱਲ ਹੈ ਤੇ ਨਾਲ ਐਲਸੀਡੀਆਂ ਦਿੱਤੀਆਂ ਜਾਣੀਆਂ। ਤੇ ਇਧਰਲੇ ਪਾਸੇ ਕਬੱਡੀ ਪੈ ਗਈ ਹੈ ਤੇ ਵੇਖੋ ਸਾਹਮਣੇ ਨੌਜਵਾਨ ਗੱਭਰੂ ਪੁਆਇੰਟ ਜਿਹੜਾ ਇਹ ਦੁੱਲੇ ਵਾਲੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਕੀ ਆ ਗਏ ਨੇ ਜਵਾਨ ਵੇਖੋ ਖਿੱਚ ਕੇ ਤਿਆਰੀਆਂ ਤੇ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ। ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅਤੇ ਅੱਡੀ ਦਾ, ਕੌਡੀ ਤੋਂ ਬਣ ਜੇ ਹੀਰਾ ਜਿਹਨੂੰ ਲੱਗ ਜਿਸ਼ਕ ਕਬੱਡੀ ਦਾ, ਕੌਡੀ ਤੋਂ ਬਣ ਜੇ ਹੀਰਾ ਜਿਹਨੂੰ ਲੱਗ ਜਿਸ਼ਕ ਕਬੱਡੀ ਦਾ। ਕਬੱਡੀ ਦੇ ਨਾਲ ਇਸ਼ਕ ਪੰਜਾਬੀਆਂ ਦਾ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ। ਲਓ ਫੈਸਲਾ ਜਥੇਦਾਰ ਸੇਵਾ ਸਿੰਘ ਚਾਕੀ ਵਾਲੇ ਨੇ ਐਨ ਠੋਕ ਵਜਾ ਕੇ ਕੀਤਾ ਹੈ ਵੀ ਨੌਜਵਾਨਾਂ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਹੈ ਤੇ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਸ਼ਾਂਟਮਾ ਜਿਹਾ ਸਰੀਰ ਹੈ ਪਰ ਦੇਖੋ ਖੇਡ ਮੈਦਾਨ ਦੇ ਵਿੱਚ ਗੱਭਰੂ ਕਬੱਡੀ ਪਾਉਂਦਾ ਹੋਇਆ। ਲਓ ਇਸ ਸਮੇਂ ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵੀ ਦਾ ਧਾਵਾ ਤੇ ਵੇਖਾਂਗੇ ਕੌਣ ਗੱਭਰੂ ਇਸ ਨੌਜਵਾਨ ਨੂੰ ਡੱਕ ਕੇ ਦਿਖਾਵੇਗਾ। ਉਧਰਲੇ ਪਾਸੇ ਵੇਖੋ ਫੜ ਗਿਆ ਗੁੱਟ ਕਿਰਪਾਲਾ ਸਾਧ ਗੁੱਟ ਦਾ ਪੀਰ ਹੋਇਆ ਬਾਰੇ ਵਾਲੇ ਦੀ ਧਰਤੀ ਦੇ ਸਵਰਨੇ ਵਰਗੇ ਤੇ ਅੱਜ ਕੱਲ੍ਹ ਕਹਿੰਦੇ ਭੂੰਦੜ ਦਾ ਕੀਪਾ ਦੁੱਗਾਂ ਦਾ ਖੁਸ਼ੀ ਤੇ ਗੱਜਣ ਵਾਲੇ ਦੇ ਗੋਲੂ ਗ੍ਰਿਪ ਦਾ ਤੇ ਸਾਫੂ ਵਾਲੇ ਦੇ ਲੱਖੇ ਦਾ ਗੁੱਟ ਫੜਨਾ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਇਹ ਆ ਲੁੱਧਰ ਇੱਕ ਸੰਦੀਪ ਲੁੱਧਰ ਗਿਰਵੇ ਵਾਲਾ ਕਬੱਡੀ ਦਾ ਮੰਨਿਆ ਪ੍ਰਮੰਨਿਆ ਖਿਡਾਰੀ ਹੈ। ਇਹ ਆ ਚੜ੍ਹਦੀ ਜੀ ਬਰੇਸ ਦਾ ਲੁੱਧਰ ਕਬੱਡੀ ਪਾਉਂਦਾ ਹੋਇਆ। ਲਓ ਸਾਹਮਣੇ ਕਹਿੰਦੇ ਲੁੱਧਰ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਗੋਰਾ ਡਾਕਟਰ ਜਿੱਥੇ ਵੀ ਆਵਾਜ਼ ਸੁਣਦਾ ਟਰਾਲੀ ਕੋਲੇ ਪਹੁੰਚੇ ਖਿਡਾਰੀ ਦੇ ਸੱਟ ਲੱਗ ਗਈ ਗੋਰਾ ਡਾਕਟਰ। ਔਰ ਸਾਡੇ ਡਾਕਟਰ ਵੀਰ ਨੂੰ ਬੇਨਤੀ ਹੈ ਇੱਕ ਪਲੇਅਰ ਦੇ ਜਿਹੜੀ ਥੋੜ੍ਹੀ ਸੱਟ ਲੱਗੀ ਹੈ ਔਰ ਗੋਰੇ ਨੂੰ ਬੇਨਤੀ ਹੈ ਕਿ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਓ ਗੋਰਾ ਸਾਡਾ ਵੀਰ। ਲਓ ਸਾਹਮਣੇ ਹਨੀ ਆ ਸਵੇਲੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਅਗਲਾ ਧਾਵਾ ਬੋਲਿਆ ਹੋਇਆ ਉਸ ਨੌਜਵਾਨ ਦਾ। ਲਓ ਸਾਹਮਣੇ ਬੋਲੇ ਹੋਏ ਧਾਵੇ ਨੂੰ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਠਲ ਕੇ ਦਿਖਾਉਂਦਾ ਕਿ ਜੋ ਤੀਰ ਨਿਸ਼ਾਨ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਵਾਰ ਕਹਿੰਦੇ ਜਿਹੜਾ ਵਾਰ ਪਹਿਲਾਂ ਕਰ ਗਿਆ ਉਹਦੀ ਜਿਹੜੀ ਜਿੱਤ ਹੈ ਉਹ ਥੋੜ੍ਹੀ ਯਕੀਨੀ ਹੋ ਜਾਂਦੀ ਹੈ। ਔਰ ਸਾਹਮਣੇ ਕਹਿੰਦੇ ਮੁਸ਼ਤਾਕ ਹਰਾਈਏ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੋਈ ਇਸ ਨੌਜਵਾਨ ਦੀ ਬੋਲਿਆ ਹੋਇਆ ਧਾਵਾ ਖਿਲਾਰੀਆਂ ਹੋਈਆਂ ਬਾਹਾਂ ਕੀਤਾ ਹੋਇਆ ਹਮਲਾ ਇਸ ਨੌਜਵਾਨ ਦਾ ਔਰ ਖੱਬੀ ਕੰਨੇ ਕੰਮਨੀ ਦੇ ਉੱਪਰ ਇਸ ਨੌਜਵਾਨ ਨੇ ਕੀਤੀ ਹੈ ਟਰਾਈ ਮੁਸ਼ਤਾਕ ਨੂੰ ਡੱਕ ਲੈਣ ਦੀ ਪਰ ਪੁਆਇੰਟ ਹਰਾਈਏ ਵਾਲਾ ਮੁਸ਼ਤਾਕ ਆਪਣੀ ਟੀਮ ਦੇ ਉਸੇ ਜੋੜਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲਾ ਧਾਵਾ ਬੋਲਿਆ ਇਸ ਨੌਜਵਾਨ ਨੇ। ਲਓ ਬੋਲੇ ਹੋਏ ਧਾਵੇ ਨੂੰ ਸਾਹਮਣੇ ਕਹਿੰਦੇ ਚਾਰ ਜਾਫੀ ਹੈ ਕਿਹੜਾ ਨੌਜਵਾਨ ਕੋਸ਼ਿਸ਼ ਕਰਦਾ ਕਿਹੜਾ ਨੌਜਵਾਨ ਕਰਾ ਟਾਈਮ ਆਪਣੀ ਟੀਮ ਦੇ ਉਸੇ ਲੱਖਾਂ ਜਾਂ ਪੁਆਇੰਟ ਜੋੜੇਗਾ ਸਮੇਂ ਦੀ ਉਡੀਕ ਹੋਵੇਗੀ ਕਿ ਕੌਡੀ ਜਾਈ ਹੈ ਧਰਤ ਪੰਜਾਬ ਦੀ ਜਿਹਨੂੰ ਖੇਡਣ ਸ਼ੇਰ ਜਵਾਨ ਕਹਿੰਦੇ ਸ਼ੇਰ ਜਵਾਨਾਂ ਦੀ ਖੇਡ ਹੈ ਔਰ ਲੱਖ ਲੱਖ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਔਰ ਇਸ ਵੇਲੇ ਲੱਗਿਆ ਹੋਇਆ ਜ਼ੋਰ ਦੋਹਾਂ ਗੱਭਰੂਆਂ ਦਾ ਨੌਜਵਾਨ ਲਾ ਤਕੜਾ ਜਫਾ ਜਾਫੀ ਆਪਣੀ ਟੀਮ ਦੇ ਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ। ਚੱਲ ਵੀ ਨੌਜਵਾਨਾਂ ਲੁੱਧਰ ਅਗਲੀ ਕਬੱਡੀ ਪਾ ਵੀ ਗੱਭਰੂਆ ਖੇਡ ਮੈਦਾਨ ਦੇ ਵਿੱਚ ਕਿ ਹੀਰੋ ਹਾਂਡਾ ਬੁਲਟ ਨਹੀਂ ਬਣ ਜਾਂਦਾ ਲਾਸ ਲਾਂਸਰ ਬੁਲਟ ਦਾ ਉਹ ਭੁੱਲ ਜੇ ਜੀਪਾਂ ਕਾਰਾਂ ਨੂੰ ਜਿਹਨੇ ਝੂਟਾ ਲੈ ਲਿਆ ਬੁਲਟ ਦਾ ਤੈਨੂੰ ਇਹਨਾਂ ਬੁਲਟ ਦਾ ਚਾਹ ਸੱਜਣਾ ਤੇ ਚੰਗੀ ਖੇਡ ਵਿਖਾ ਸੱਜਣਾ ਨਿਗਾਹ ਚੜ ਗਿਆ ਬੱਬੀ ਵਰਗੇ ਦੇ ਤੈਨੂੰ ਦਿਓ ਬੁਲਟ ਤੇ ਬਸ ਸੱਜਣਾ ਤੈਨੂੰ ਦਿਓ ਬੁਲਟ ਤੇ ਬਸ ਸੱਜਣਾ। ਕਹਿੰਦੇ ਅਲਬਰਟਾ ਕਬੱਡੀ ਫੈਡਰੇਸ਼ਨ ਦਾ ਜਨਰਲ ਸੈਕਟਰੀ ਹੈ ਟ੍ਰਿਕ ਵਾਲਾ ਬੱਬੀ ਉਹ ਵੀ ਇਹਨਾਂ ਮੈਚਾਂ ਦੇ ਆਨੰਦ ਮਾਣਦਾ ਹੈ ਔਰ ਸਾਡੇ ਵੀਰ ਫਰੈਜ਼ਰ ਵੈਲੀ ਕਬੱਡੀ ਕਲੱਬ ਵਾਲੇ ਸੁੱਖਾ ਸਰੀ ਦੇ ਵਿੱਚ ਬੈਠਾ ਹੈ ਔਰ ਕਹਿੰਦੇ ਪੀਟਰ ਜਿਹੜਾ ਐਫ-4 ਦੇ ਵਿੱਚ ਬੈਠਾ ਹੈ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੈ ਔਰ ਅਵਤਾਰ ਬਰਾੜ ਸਾਡਾ ਵੀਰ ਲੰਗਿਆਣੇ ਵਾਲਾ ਹਾਂਗਕਾਂਗ ਦੇ ਵਿੱਚ ਬੈਠਾ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਹੈ ਔਰ ਪੁਆਇੰਟ ਹਨੀ ਆਪਣੀ ਟੀਮ ਦੇ ਉਸੇ ਜੋੜਦਾ ਹੋਇਆ। ਉਧਰ ਜੀ ਐ ਆਖਿਆ ਜਾਂਦਾ ਹੈ ਸਾਡੇ ਮਤੋਜ ਧਾਲੀਵਾਲ ਜੀ ਬਾਬਾ ਫਰੀਦ ਇੰਸਟੀਚਿਊਟ ਗਰੁੱਪ ਦੇ ਚੇਅਰਮੈਨ ਸਾਹਿਬ
ਸਾਡੇ ਦਰਮਿਆਨ ਪੁੱਜੇ ਹੋਏ ਹੈ ਤੇ ਇਧਰਲੇ ਪਾਸੇ ਹੈ ਮੁਸ਼ਤਾਕ ਇੱਕ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਸੁਕਲੇਨ ਮੁਸ਼ਤਾਕ ਜਿਹੜਾ ਬੜਾ ਪ੍ਰਸਿੱਧ ਹੋਇਆ ਹੈ ਪਰ ਇਹ ਕਬੱਡੀ ਵਾਲਾ ਮੁਸ਼ਤਾਕ ਇਸ ਸਮੇਂ ਵੇਖੋ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੁੜਦਾ ਉਧਰ ਜੀ ਐ ਆਖਿਆ ਜਾਂਦਾ ਜਥੇਦਾਰ ਗੁਰਜੰਟ ਸਿੰਘ ਜੀ ਬੁੱਟਰ ਪਿੰਡ ਬੁਰਜਾ ਮਹਿਮਾ ਤੇ 12 ਤਰੀਕ 12 ਅਪ੍ਰੈਲ ਨੂੰ ਅੱਖਾਂ ਦਾ ਜਿਹੜਾ ਕੈਂਪ ਲੱਗ ਰਿਹਾ ਹੈ ਡੇਰਾ ਬਾਬਾ ਬੁੱਧਗਰ ਜੀ ਦੀ ਯਾਦ ਦੇ ਵਿੱਚ ਪਿੰਡ ਭੋਖੜਾ ਵਿਖੇ 12 ਅਪ੍ਰੈਲ ਨੂੰ ਅੱਖਾਂ ਦਾ ਕੈਂਪ ਜਿਹੜਾ ਲਾਇਆ ਜਾ ਰਿਹਾ ਹੈ ਡੇਰਾ ਬਾਬਾ ਬੁੱਧਗਰ ਜੀ ਦੀ ਯਾਦ ਦੇ ਵਿੱਚ ਪਿੰਡ ਭੋਖੜਾ ਵਿਖੇ ਤੇ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਜਿਹੜੇ ਬਾਬਾ ਲਾਲ ਦਾਸ ਜੀ ਬਾਬਾ ਬਜਰੰਗੀ ਦਾਸ ਜੀ ਅਕਸਰ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਇਹ ਕਰਵਾਉਂਦੇ ਰਹਿੰਦੇ ਹੈ ਤੇ ਅੱਜ ਦਾ ਇਹ ਕਬੱਡੀ ਟੂਰਨਾਮੈਂਟ ਜਿਹੜਾ ਉਹਨਾਂ ਦੀ ਰਹਿਨਮਾਈ ਦੇ ਹੇਠ ਕਰਵਾਇਆ ਜਾ ਰਿਹਾ ਹੈ ਜਿੰਨੀ ਸੰਗਤ ਪੁੱਜੀ ਹੋਈ ਹੈ ਸਾਰੀ ਪੁੱਜੀ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਨੌਜਵਾਨ ਗੱਭਰੂ ਦੇਖੋ ਖੇਡ ਮੈਦਾਨ ਦੇ ਵਿੱਚ ਕੀ ਗਜ ਗਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨੀ ਬੁੱਕਦੇ ਹੈ ਖਾਧੀਆਂ ਹੋਈਆਂ ਹੁਣ ਖੁਰਾਕਾਂ ਫਿਰ ਘੱਟ ਹੀ ਯਾਰੋ ਰੁਕਦੇ ਹੈ ਖਾਧੀਆਂ ਹੋਈਆਂ ਹੁਣ ਖੁਰਾਕਾਂ ਫਿਰ ਘੱਟ ਹੀ ਯਾਰੋ ਰੁਕਦੇ ਹੈ ਇਧਰਲੇ ਪਾਸੇ ਵੇਖੋ ਹੁਣ ਸ਼ਾਂਟਮਾ ਜਿਹਾ ਸਰੀਰ ਹੈ ਚੜ੍ਹਦੀ ਜੀ ਬਰੇਸ ਹੈ ਤੇ ਨੌਜਵਾਨ ਗੱਭਰੂ ਵੱਧ ਕੇ ਕਬੱਡੀ ਪਾਉਂਦਾ ਹੈ ਤੇ ਉਧਰਲੇ ਪਾਸੇ ਹੋਇਆ ਮੁਕਾਬਲਾ ਪਰ ਫੈਸਲਾ ਹੋ ਚੁੱਕਿਆ ਵੀ ਪੁਆਇੰਟ ਜਿਹੜਾ ਡਬਲ ਟੱਚ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਿ ਵਿੱਚ ਗਰਾਊਂਡ ਦੇ ਬਾਨਾ ਪੈਂਦਾ ਚੀਨ ਦੀ ਕੰਧ ਬਈ ਤੇ ਨਾਰੇ ਲਾਉਣੀ ਪੈਂਦੀ ਮਿਹਨਤ ਨਾਰੇ ਡੰਡ ਬਈ ਫਿਰ ਕੱਚੀਆਂ ਪਈਆਂ ਉੱਤੇ ਰੇਸ ਲਗਾਉਣੀ ਪੈਂਦੀ ਹੈ ਦੁਨੀਆਂ ਉਂਝ ਨਹੀਂ ਹੁੰਦੀ ਫੈਨ ਫੈਨ ਬਣਾਉਣੀ ਪੈਂਦੀ ਹੈ ਦੁਨੀਆਂ ਉਂਝ ਨਹੀਂ ਹੁੰਦੀ ਫੈਨ ਫੈਨ ਬਣਾਉਣੀ ਪੈਂਦੀ ਹੈ ਵਾਕਿਆ ਦੁਨੀਆਂ ਫੈਨ ਇਹਨਾਂ ਕਬੱਡੀ ਦੇ ਪਲੇਅਰਾਂ ਦੀ ਤੇ ਮੁਕਾਬਲਾ ਜਿਹੜਾ ਸਮਾਪਤ ਹੈ ਤੇ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਡੇਰਾ ਖਿਆਲਾ ਕਲਾਂ ਦੀ ਟੀਮ ਜੇਤੂ ਰਹੀ ਹੈ ਡੇਰਾ ਖਿਆਲਾ ਕਲਾਂ ਦੀ ਟੀਮ ਜੇਤੂ ਰਹੀ ਹੈ ਇੱਧਰ ਪੁਆਇੰਟਾਂ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਤੇ ਅਗਲਾ ਮੈਚ ਕਰਾਲ ਵਾਲਾ ਤੇ ਡੇਰਾ ਢੋਡੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਬਾਈ ਇੱਧਰ ਮੇਰੀ ਬੇਨਤੀ ਹੈ ਜਿਹੜੇ ਸਾਡੇ ਐਂਟਰੀਆਂ ਵਾਲੇ ਵੀਰ ਹੈ ਆ ਕਰਾੜ ਵਾਲੇ ਦਾ ਮੈਚ ਡੇਰਾ ਭੁੱਚੋ ਨਾਲ ਹੈ ਜਾਂ ਡੇਰਾ ਢੋਡਿਆਂ ਨਾਲ ਹੈ ਜੀ ਡੇਰਾ ਭੁੱਚੋ ਦੇ ਨਾਲ ਹੈ ਕਰਾੜ ਵਾਲਾ ਵਰਸੀ ਡੇਰਾ ਭੁੱਚੋ ਮੂਵ ਸਪਰੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਜੀ ਮੂਵ ਸਪਰੇ ਕਰਾੜ ਵਾਲਾ ਵਰਸੀ ਡੇਰਾ ਭੁੱਚੋ ਇਸ ਤੋਂ ਬਾਅਦ ਬੀਬੀ ਵਾਲਾ ਵਰਸੀ ਭਾਗੂ ਦੀਆਂ ਟੀਮਾਂ ਜਿਸ ਗੱਭਰੂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜਿਸ ਗੱਭਰੂ ਦਾ ਇਸ ਸੀਜ਼ਨ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਗੁੱਟ ਫੜਨਾ ਮਸ਼ਹੂਰ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਕੀਪਾ ਭੂੰਦੜ ਵਾਲਾ ਪੁੱਜਿਆ ਹੈ ਕਬੱਡੀ ਦਾ ਮੰਨਿਆ ਪਰਮੰਨਿਆ ਖਿਡਾਰੀ ਹੈ ਅਤੇ ਇੱਧਰਲੇ ਪਾਸੇ ਭੂੰਦੜ ਦਾ ਕੀਪਾ ਦੁਨੀਆ ਦੇ ਸਟਾਰ ਖਿਡਾਰੀ ਅੱਜ ਕਹਿੰਦੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੁੱਜ ਰਹੇ ਹੈ ਅਤੇ ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਬੀਬੀ ਵਾਲਾ ਵਰਸੀ ਭਾਗੂ ਦੀਆਂ ਟੀਮਾਂ ਦੇ ਦਰਮਿਆਨ ਬੀਬੀ ਵਾਲਾ ਵਰਸੀ ਭਾਗੂ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈਲੋ ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਡੇਰਾ ਭੁੱਚੋ ਵਰਸੀ ਕਰਾੜ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਇੱਧਰ ਭੁੱਚੋ ਦੀ ਟੀਮ ਜਿਹੜੀ ਡੇਰਾ ਭੁੱਚੋ ਦੀ ਟੀਮ ਹੈ ਉਹ ਸਟੇਜ ਵਾਲੀ ਸਾਈਡ ਹੈ ਤੇ ਦੂਜੇ ਪਾਸੇ ਕਰਾੜ ਵਾਲਾ ਹੈ ਤੇ ਪਹਿਲੀ ਕਬੱਡੀ ਵੇਖੋ ਇੱਕ ਸਰਬਜੀਤ ਸਿੰਘ ਬੱਬੂ ਪੜਾਣੇ ਵਾਲਾ ਇੱਕ ਬੱਬੂ ਜਲਾਲ ਵਾਲਾ ਤੇ ਇੱਕ ਬਚਾਕੀ ਵਾਲਾ ਬੱਬੂ ਨਾਂ ਨੂੰ ਵੀ ਕਹਿੰਦੇ ਪ੍ਰਸਿੱਧੀ ਕਬੱਡੀ ਜਗਤ ਦੇ ਵਿੱਚ ਮਿਲੀ ਹੈ ਲਓ ਕਬੱਡੀ ਪੈ ਗਈ ਹੈ ਤੇ ਦੂਸਰੇ ਪਾਸੇ ਉਹ ਵੇਖੋ ਇਧਰਲੇ ਪਾਸੇ ਨੌਜਵਾਨ ਗੱਭਰੂ ਨੇ ਲਾਇਆ ਜੱਫਾ ਤੇ ਪਹਿਲਾਂ ਡੇਢ ਪੁਆਇੰਟ ਜਿਹੜਾ ਡੇਰਾ ਭੁੱਚੋ ਦੀ ਟੀਮ ਦੇ ਹਿੱਸੇ ਜੁੜਿਆ ਪ੍ਰੀਤਮ ਸਿੰਘ ਕੋਟ ਭਾਈ ਤੇ ਛੋਟੇ ਭਾਈ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਸਰਪੰਚ ਕੋਟ ਭਾਈ ਪਹੁੰਚ ਗਏ ਪ੍ਰੀਤਮ ਸਿੰਘ ਕੋਟ ਭਾਈ ਦੇ
ਛੋਟੇ ਭਾਈ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਸਰਪੰਚ ਪਿੰਡ ਕੋਟ ਭਾਈ। ਇਧਰਲੇ ਪਾਸੇ ਵੇਖੋ ਕੋਠੇ ਗੁਰੂਵਾਲਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇਸ ਸਮੇਂ ਵੇਖੋ ਹਰਪ੍ਰੀਤ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ। ਲਓ ਸਾਹਮਣੇ ਕਹਿੰਦੇ ਹਰਪ੍ਰੀਤ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ, ਬੋਲਿਆ ਹੋਇਆ ਧਾਵਾ ਇਸ ਨੌਜਵਾਨ ਦਾ। ਲਓ ਦੂਸਰੇ ਪਾਸੇ ਕਹਿੰਦੇ ਸਿੱਖ ਸਰਦਾਰ ਨੌਜਵਾਨ ਕਿ ਸਿੱਖ ਸਰਦਾਰ ਮੁੰਡਾ ਬਬਲੀ ਝਿੜਕਦਾ ਕਹਿੰਦੇ ਤੇ ਕਹੋ ਦੇ ਧਾਵੀਆਂ ਨਾ ਮਿਕਦਾ ਚੰਗਾ ਹੈ ਫੜਾਕ ਗੀਤਾ ਕੋਟ ਕਰੋੜ ਦਾ ਉਹ ਜੇਕਰ ਮੈਚ ਦਾ ਸਵਾਦ ਹੈ ਲਲਕਾਰਾ ਮਾਰ ਦਿਓ। ਇਹ ਭੋਖਰੇ ਦਾ ਕਬੱਡੀ ਟੂਰਨਾਮੈਂਟ ਮੇਰੇ ਪੰਜਾਬੀ ਵੀਰਿਓ, ਇਹ ਭੋਖਰੇ ਦਾ ਕਬੱਡੀ ਟੂਰਨਾਮੈਂਟ। ਉਹ ਸਿੰਘ ਮਾਰਦੇ ਠੋਕਰ ਤਖਤਾ ਤਾਜਾ ਨੂੰ, ਤੂੰ ਨਾ ਸ਼ੇਰ ਕਮਲੀਏ ਸ਼ੇਰ ਨਹੀਂ ਉੱਡਦੇ ਬਾਜਾ ਨੂੰ। ਉਧਰਲੇ ਪਾਸੇ ਸਿੰਘ ਸਰਦਾਰ ਨੇ ਕਬੱਡੀ ਪਾਈ ਹੈ ਔਰ ਇਧਰਲੇ ਪਾਸੇ ਵੇਖੋ ਟਾਈਆਂ ਨੈਕਸਟ ਰਾਊਂਡ ਦੀਆਂ ਗਰਾਊਂਡ ਦੇ ਵਿੱਚ ਕੱਢੀਆਂ 75 ਦੀਆਂ 75 ਦੇ ਸੈਮੀਫਾਈਨਲ ਦੀਆਂ ਟਾਈਆਂ 75 ਦੀਆਂ ਟਾਈਆਂ ਜਿਹੜੀਆਂ ਨਿਕਲ ਰਹੀਆਂ। ਚੱਲ ਵੀ ਬੱਬੂ ਇਸ ਸਮੇਂ ਨੌਜਵਾਨ ਕਬੱਡੀ ਪਾਉਂਦਾ ਹੈ ਤੇ ਹੁਣ ਵੇਖਦੇ ਕੰਨੀ ਤੇ ਮੁੰਡਾ ਬਾਂਦਰ ਡੋੜ ਵਾਲਾ ਹੈ ਤੇ ਦੇਖਣਾ ਵੀ ਸਾਹਮਣੇ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ। ਇਹ ਕਬੱਡੀ ਪੈ ਗਈ ਤੇ ਵੇਖੋ ਪੁਆਇੰਟ ਬੱਬੂ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਹੈ। ਲੈ ਵੀ ਭੂੰਦੜ ਵਾਲਿਆ ਦਿਖਾ ਖਾ ਕੋਈ ਖੇਡ ਇੱਧਰ ਟਾਈਆਂ ਜਲਦੀ ਵੀਰੇ ਹੁਣ ਬੋਲ ਤਾਂ ਆਪਾਂ ਚੱਕ ਦੋ ਕੰਮ ਕੋਈ ਚੱਕਰ ਨਹੀਂ। ਹੈਲੋ ਹੈਲੋ ਸਾਡੇ ਦਰਮਿਆਨ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਪਾਈ ਦੇ ਛੋਟੇ ਭਾਈ, ਸੁਖਦੀਪ ਸਿੰਘ ਜੀ ਕੀਲਾ ਸਰਪੰਚ ਪਿੰਡ ਕੋਟ ਪਾਈ, ਉਹਨਾਂ ਦੇ ਨਾਲ ਸਤਪਾਲ ਸਿੰਘ ਜੀ ਸਰਪੰਚ ਭੀਟੀ ਵਾਲਾ, ਉਹ ਵੀ ਸਾਡੇ ਦਰਮਿਆਨ ਹਲਕਾ ਲੰਬੀ ਉਹ ਵੀ ਪਹੁੰਚੇ ਨੇ। ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਫਤਿਹ ਯੂਥ ਕਲੱਬ ਵੱਲੋਂ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਜਿਉਂ ਆਇਆ ਕਹਿੰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਸਾਡੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਹੈ। ਇਹਨਾਂ ਪਹੁੰਚੇ ਹੋਏ ਮੁੱਖ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਪਹਿਲਾ ਸੈਮੀਫਾਈਨਲ ਮੈਚ 75 ਕਿਲੋ ਦਾ ਘੋਲੀਆ ਕਲਾਂ ਵਰਸੀ ਬਾਜਾ ਖਾਨਾ, ਘੋਲੀਆ ਕਲਾਂ ਤੇ ਬਾਜਾ ਖਾਨਾ। ਹੈਲੋ, ਦੂਜਾ ਮੈਚ ਰੂੜੇ ਕੇ ਵਰਸੀ ਰਾਈਆ। ਹੈਲੋ ਬਾਈ, ਇਸ ਮੈਚ ਦਾ ਰਿਜ਼ਲਟ ਅਨਾਊਂਸ ਨਾ ਕਰਿਓ, ਇਤਰਾਜ਼ ਆਇਆ। ਠੀਕ ਹੈ ਜੀ। ਇਧਰਲੇ ਪਾਸੇ ਸਿੰਘ ਸਰਦਾਰ ਹੁਣ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਤੇ ਵੇਖਾਂਗੇ ਕਿਹੜਾ ਜਾਫੀ ਕਰਦਾ ਟਰਾਈ। ਇਹ ਦੂਸਰੇ ਪਾਸੇ ਵੇਖੋ ਫੈਸਲਾ ਹੋਇਆ ਹੈ ਵੀ ਪੁਆਇੰਟ ਡਬਲ ਟੱਚ ਹੈ, ਪੁਆਇੰਟ ਧਾਵੀ ਦੇ ਹਿੱਸੇ ਹੈ। ਬੱਬੂ ਕਬੱਡੀ ਪਾ ਰਿਹਾ ਹੈ ਤੇ ਮਾਈਕ ਤੇ ਚੜਿੱਕ ਵਾਲਾ ਦਵਿੰਦਰ ਗੱਲ ਕਰਨ ਜਾ ਰਿਹਾ। ਇਹ ਕਹਿੰਦਾ ਨੌਜਵਾਨ ਬੱਬੂ ਭਿੰਡਰਾ ਵਾਲਾ ਵੀ ਵਧੀਆ ਕਬੱਡੀ ਖੇਡਦਾ ਹੈ ਔਰ ਇੱਕ ਕਹਿੰਦੇ ਬੱਬੂ ਨੌਜਵਾਨ ਪੜਾਉਣੇ ਵਾਲਾ ਪੱਕੇ ਤੌਰ ਤੇ ਕੈਨੇਡਾ ਜਾ ਵਸਿਆ ਹੈ। ਲਓ ਸਾਹਮਣੇ ਕਹਿੰਦੇ ਬੱਬੂ ਦੀ ਪਾਈ ਹੋਈ ਕਬੱਡੀ ਹੈ, ਹੁਣ ਬੱਬੂ ਦੀ ਪਾਈ ਹੋਈ ਕਬੱਡੀ ਦੇ ਉੱਪਰ ਸਾਹਮਣੇ ਚਾਰ ਜਾਫੀਆਂ ਦੇ ਵਿੱਚ ਉਹੀ ਨੌਜਵਾਨ ਜਿਸ ਗੱਭਰੂ ਨੇ ਪਹਿਲਾ ਜਫਾ ਲਾ ਕੇ ਬੱਲੇ ਬੱਲੇ ਕਰਵਾਈ ਖੇਡ ਮੈਦਾਨ ਦੇ ਵਿੱਚ। ਚੱਲ ਵੀ ਨੌਜਵਾਨ ਕੋਠੇ ਗੁਰੂ ਵਾਲਿਆ ਹੈ, ਨੌਜਵਾਨ ਗੱਭਰੂ ਪਾ ਵੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ। ਸਾਹਮਣੇ ਕਹਿੰਦੇ ਤਿੰਨਾਂ ਨੌਜਵਾਨ ਸਿੱਟ ਹੈ, ਜਿਹੜਾ ਪਰਲੀ ਕਨੀ ਤੇ ਨੌਜਵਾਨ ਹੈ ਚਿੱਟੀ ਨੀਕਰ ਦੇ ਵਿੱਚ, ਉਸ ਨੌਜਵਾਨ ਨੇ ਕਹਿੰਦੇ ਕੀਪਾ ਭੁੰਦੜ ਵਾਲਾ ਔਰ ਮੇਰੇ ਨਗਰ ਦੇ ਵਿੱਚੋਂ ਚੜਿੱਕ ਦੇ ਵਿੱਚੋਂ ਕਹਿੰਦੇ ਫੋਰ ਟਰੈਕਟਰ ਜਿੱਤਿਆ ਕਿ ਮਾਰ ਕੇ ਉਹ ਧਾਵੀਆਂ ਨੂੰ ਸੁੱਟ ਲੈਂਦਾ ਜੱਪਾ ਔਰ ਕਹਿੰਦੇ ਜਾਫੀ ਉਹਦੇ ਸਵਾਲ ਆ ਰਿਹਾ ਤਾਰੀ ਅਕੈਡਮੀ ਵੱਜਣੀ ਚਾਹੀਦੀ ਹੈ। ਇਹ ਆ ਨੌਜਵਾਨ ਭੋਖੜੇ ਦਾ ਕਬੱਡੀ ਮੇਲਾ ਤੇ ਖੇਡ ਮੈਦਾਨ ਦੇ ਵਿੱਚ ਬੱਬੂ ਕਬੱਡੀ ਪਾ ਰਿਹਾ ਹੈ ਤੇ ਹੁਣ ਚਾਰ ਜਾਫੀ ਹੈ। ਇੱਕ ਨੀ ਤੇ ਨੌਜਵਾਨ ਸਨੀ ਬਾਂਦਰ ਡੋੜ ਵਾਲਾ ਕਹਿੰਦੇ ਮਾੜੀ ਦੀ ਕਬੱਡੀ ਦੀ ਟੀਮ ਵੱਲੋਂ ਮਾੜੀ ਮੁਸਤਫਾ ਦੇ ਖੇਡ ਮੇਰੇ ਤੇ ਐਲ ਸੀ ਡੀ ਦੇ ਨਾਲ ਮਾਨ ਸਨਮਾਨ ਕੀਤੇ ਜਾਣੇ ਹੈ ਪਰ ਖਾਲਸਾ ਖਾਲਸਾ ਕਿ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੋ ਖਾਲਸੇ ਨੇ ਤੇਗਾ ਮਾਰੀਆਂ ਨੇ। ਪੁਆਇੰਟ ਬੱਬੂ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਹੈ। ਇੱਧਰ ਵੀ ਨੌਜਵਾਨ ਸਿੰਘ ਇਜ਼ ਕਿੰਗ, ਸਿੰਘ ਸਰਦਾਰ, ਸਿੰਘ ਸਾਹਿਬ ਦਾ ਗ੍ਰੇਟ, ਸਿੰਘ ਆਫ ਕਬੱਡੀ ਨੌਜਵਾਨ ਕਬੱਡੀ ਪਾ ਰਿਹਾ ਹੈ। ਸਿੰਘ ਸਰਦਾਰ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਤੇ ਮੇਰੀ ਬੇਨਤੀ ਹੈ ਬੀਬੀ ਵਾਲਾ ਤੇ ਭਾਗੂ ਦੀਆਂ ਟੀਮਾਂ ਪੁੱਜਣਗੀਆਂ ਖੇਡ ਮੈਦਾਨ ਦੇ ਵਿੱਚ ਤੇ ਭੂੰਦੜ ਵਾਲਾ ਤੇ ਹੁਣ ਵੇਖੋ ਜੱਫਾ ਲੱਗ ਚੁੱਕਿਆ ਹੈ। ਨੌਜਵਾਨ ਕੀਪੇ ਭੂੰਦੜ ਵਾਲੇ ਨੇ ਜੱਫਾ ਲਾਇਆ। ਪੁਆਇੰਟ ਜਿਹੜਾ ਇਸ ਸਮੇਂ ਭੁੱਚੋ ਡੇਰਾ ਭੁੱਚੋ ਦੀ ਟੀਮ ਦੇ ਹਿੱਸੇ ਜੁੜਿਆ ਹੈ। ਚੱਲ ਵੀ ਨੌਜਵਾਨ ਦਾ ਪਾ ਵੀ ਕਬੱਡੀ ਤੇ ਬੱਬੂ ਕਬੱਡੀ ਪਾਉਂਦਾ ਹੋਇਆ। ਲਓ ਸਾਹਮਣੇ ਬੱਬੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲਾ ਧਾਵਾ ਬੋਲਣ ਲਈ ਕਹਿੰਦੇ ਤਿਆਰ ਬਰ ਤਿਆਰ ਹੈ। ਸਾਹਮਣੇ ਚਾਰ ਜਾਫੀ ਹੈ। ਲੈ ਵੀ ਨੌਜਵਾਨ 365 ਵਾਲਿਆ ਦਿਖਾ ਦੇ ਪੂਰੀ ਦੁਨੀਆਂ ਦੇ ਵਿੱਚ
ਕਹਿੰਦੇ ਅੱਜ ਭੋਖੜੇ ਦੇ ਵਿੱਚ ਰੌਣਕਾਂ ਲੱਗੀਆਂ ਹੈ ਔਰ ਇਸ ਨੌਜਵਾਨ ਬੱਬੂ ਦੀ ਪਾਈ ਹੋਈ ਕਬੱਡੀ ਹੈ ਔਰ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਨੌਜਵਾਨ ਦੀ ਹੈ ਔਰ ਦੂਸਰੇ ਪਾਸੇ ਕਹਿੰਦੇ ਸ਼ਾਂਤ ਵਿਜੇ ਸਰੀਰ ਦਾ ਗੱਭਰੂ ਚੜ੍ਹਦੀ ਵਰੇਸ ਦਾ ਬੱਲੇ ਬੱਲੇ ਵਾਹ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਦੇ ਕੋਠੇ ਗੁਰੂ ਕੇ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਕਬੱਡੀ ਪਾ ਰਿਹਾ ਹੈ ਤੇ ਹੁਣ ਵੇਖਣਾ ਹੈ ਵੀ ਕਿਹੜਾ ਨੌਜਵਾਨ ਡੱਕ ਕੇ ਦਿਖਾਉਂਦਾ ਹੈ ਰੱਖ ਕੇ ਦਿਖਾਉਂਦਾ ਜ਼ੋਰ ਤੇ ਜਵਾਨੀ ਭਿੜਦੀ ਅੱਜ ਭੋਖੜੇ ਦੇ ਕਬੱਡੀ ਦੇ ਮੈਦਾਨਾਂ ਚ ਉਹ ਭੂੰਦੜ ਵਾਲਾ ਭੂੰਦੜ ਵਾਲਾ ਭੂੰਦੜ ਵਾਲਾ ਉਹ ਫੜਦਾ ਗੁੱਟ ਏ ਵੇਖੋ ਹੁਣ ਭੂੰਦੜ ਵਾਲਾ ਇਹ ਆ ਚੜਿੱਕ ਦੇ ਕਬੱਡੀ ਮੇਲੇ ਦਾ ਫੋੜ ਦਾ ਜੇਤੂ ਨੌਜਵਾਨ ਕੀਪਾ ਭੂੰਦੜ ਵਾਲਾ ਵੈਰੋਕਿਆਂ ਵਾਲੇ ਸਾਧੂ ਸੋ ਬਰਾੜ ਦੀ ਟੀਮ ਦਾ ਨੌਜਵਾਨ ਹਰਜੀਤ ਫਰੈਂਡਸ ਕਬੱਡੀ ਅਕੈਡਮੀ ਪੱਤੋ ਹੀਰਾ ਸਿੰਘ ਦੀ ਖੇਡ ਕਲੱਬ ਦਾ ਨੌਜਵਾਨ ਇਸ ਸਮੇਂ ਪੁਆਇੰਟ ਜਿਹੜਾ ਡੇਰਾ ਭੁੱਚੋ ਦੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ 75 ਕਿਲੋ ਦਾ ਸੈਮੀਫਾਈਨਲ ਘੋਲੀਆ ਅਤੇ ਬਾਜਾ ਖਾਨਾ ਘੋਲੀਆ ਕਲਾਂ ਅਤੇ ਬਾਜਾ ਖਾਨਾ ਰੂੜੇ ਕੇ ਅਤੇ ਰਾਈਏ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਅਤੇ ਇੱਧਰਲੇ ਪਾਸੇ ਬੱਬੂ ਕਬੱਡੀ ਪਾ ਰਿਹਾ ਹੈ ਨੌਜਵਾਨ ਗੱਭਰੂ ਵੇਖੋ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਅਤੇ ਹੁਣ ਚਾਰ ਜਾਫੀ ਹੈ ਇੱਧਰਲੇ ਪਾਸੇ ਹੁਣ ਵੇਖਣਾ ਪਈ ਹੋਈ ਕਬੱਡੀ ਦੇ ਉੱਪਰ ਕਿਹੜਾ ਗੱਭਰੂ ਕਰਦਾ ਟਰਾਈ ਵੀ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਅਤੇ ਇਸ ਦੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ ਵਿੱਚ ਮੈਦਾਨੇ ਭਿੜਦਾ ਹੁੰਦਾ ਕੰਮ ਦਲੇਰਾਂ ਦਾ ਕੱਪੇ ਦਾ ਸਵਾਦ ਹੈ ਲਲਕਾਰਾ ਵੱਡਾ ਸਾਰਾ ਇਹ ਆ ਭੋਖੜੇ ਦਾ ਕਬੱਡੀ ਮੇਲਾ ਇਹ ਆ ਭੋਖੜੇ ਦਾ ਕਬੱਡੀ ਟੂਰਨਾਮੈਂਟ ਬਾਬਾ ਬਜਰੰਗੀ ਦਾਸ ਜੀ ਬਾਬਾ ਲਾਲ ਦਾਸ ਜੀ ਸਮੁੱਚੇ ਨਗਰ ਨੂੰ ਮੁਬਾਰਕਬਾਦ ਹੈ ਇਹ ਆ ਭੋਖੜੇ ਦਾ ਕਬੱਡੀ ਟੂਰਨਾਮੈਂਟ ਨਜ਼ਾਰਾ ਵਧਿਆ ਪਿਆ ਹਾਂਜੀ ਬਾਈ ਧਿਆਨ ਰੱਖਿਓ ਇਸ ਮੈਚ ਦਾ ਰਿਜ਼ਲਟ ਅਨਾਊਂਸ ਨਹੀਂ ਕਰਨਾ ਹਾਂਜੀ ਜਿਹੜਾ ਪਲੇਅਰ ਕੀਪਾ ਭੂੰਦੜ ਵਾਲਾ ਖੇਡ ਰਿਹਾ ਇਹਦਾ ਵਿਸ਼ੇਸ਼ ਤੌਰ ਤੇ ਫਤਿਹ ਕਲੱਬ ਭੋਖੜਾ ਵੱਲੋਂ ਆ ਸਨਮਾਨ ਵੀ ਕੀਤਾ ਜਾਣਾ ਕੀਪਾ ਬੱਲੇ 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 ਸਵਾਦ ਵੱਖਰਾ ਖੇਡ ਕਬੱਡੀ ਦਾ ਉਹ ਜੇਕਰ ਮੈਚ ਦਾ ਸਵਾਦ ਹੈ ਲਲਕਾਰਾ ਠੋਕ ਦਿਓ ਇਧਰਲੇ ਪਾਸੇ ਉਹ ਕਾਕਾ ਜੀ ਵਿਸਲ ਕਿਸੇ ਨੇ ਨਹੀਂ ਮਾਰੀ ਬਾਹਰੋਂ ਵੱਜੀ ਜਾਂਦੀ ਹੈ ਹੁਣ ਬਾਹਰਲਿਆਂ ਨੂੰ ਨਹੀਂ ਰੋਕ ਸਕਦੇ ਉਹਨਾਂ ਨੇ ਸਵਾਦ ਲੈਣ ਆਉਂਦੀ ਦੁਨੀਆਂ ਸਵਾਦਾਂ ਦੀ ਪੱਟੀ ਹੈ ਤੇ ਚੱਲ ਵੀ ਜਵਾਨਾ ਪਾ ਵੀ ਕਬੱਡੀ ਦੇ ਇਧਰਲੇ ਪਾਸੇ ਇੱਕ ਪਾਸੇ ਬਾਂਦਰ ਡੋੜ ਵਾਲਾ ਦੂਜੇ ਪਾਸੇ ਪੁੱਛੋ ਵਾਲਾ ਉਹ ਹੋ ਗਏ ਮੇਰੋ ਮੇਰੀ ਵੇਖੋ ਨਹੀਂ ਉਰੀਸਾ ਨੌਜਵਾਨ ਹਰਪ੍ਰੀਤ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਾਬਾ ਲਾਲ ਦਾਸ ਜੀ ਵੱਲੋਂ ਇਸ ਨੌਜਵਾਨ ਜਾਫੀ ਦੇ ਲਈ ਜਿਸ ਨੌਜਵਾਨ ਨੇ ਪਹਿਲਾਂ ਸਿਰੇ ਦਾ ਜਫਾ ਲਾਇਆ ਹੈ ਬਹੁਤ ਸਾਰੇ ਮਾਣ ਜਿਹੜੇ ਪੁੱਜਦੇ ਕੀਤੇ ਗਏ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਲਾਲ ਦਾਸ ਜੀ ਵੱਲੋਂ ਲਓ ਉਤਲੇ ਪਾਸੇ ਵੀ ਕਹਿੰਦੇ ਤਕੜਾ ਜਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਸਵਾਦ ਵੱਖਰਾ ਖੇਡ ਕਬੱਡੀ ਦਾ ਦਰਸ਼ ਵੀਰ ਕਹਿੰਦੇ ਸਵਾਦ ਲੈਣ ਆਉਂਦੇ ਹੈ ਔਰ ਕਿਸੇ ਨੂੰ ਕੋਈ ਟੈਨਸ਼ਨ ਹੁੰਦੀ ਹੈ ਕਿਸੇ ਨੂੰ ਕੋਈ ਟੈਨਸ਼ਨ ਹੁੰਦੀ ਹੈ ਕਿਸੇ ਦਾ ਚਿੱਟੇ ਤੇ ਲੱਗਿਆ ਫਿਰਦਾ ਕਿਸੇ ਦੇ ਨੂੰਹ ਪੁੱਤ ਜਿਹੜੇ ਕਹਿਣੇ 'ਚ ਹੈ ਨਹੀਂ ਪਰ ਜਦੋਂ ਇੱਥੇ ਪੁੱਜਦੇ ਹੈ ਕਬੱਡੀ ਵੇਖਦੇ ਹੈ ਫਿਰ ਜਿਹੜੀਆਂ ਸਾਰੀਆਂ ਟੈਨਸ਼ਨਾਂ ਉਹ ਦੂਰ ਚਲੀਆਂ ਜਾਂਦੀਆਂ ਤਾਂ ਉਹ ਸਾਹਮਣੇ ਬੱਬੂ ਦੀ ਪਾਈ ਹੋਈ ਕਬੱਡੀ ਮੇਰੇ ਪੰਜਾਬੀ ਵੀਰੋ ਲੈ ਵੀ ਨੌਜਵਾਨ ਦਿਖਾ ਕੇ ਤਕੜਾ ਜਫਾ ਦਰਸ਼ਕ ਵੀਰ ਚਾਹੁੰਦੇ ਹੈ ਕਿ ਇੱਕ ਹੋਰ ਜਫਾ ਲਾ ਫਿਰ ਸਵਾਦ ਲਈਏ ਖੇਡ ਕਬੱਡੀ ਦਾ ਲਓ ਇੱਕ ਪਾਸੇ ਨੌਜਵਾਨ ਦੀ ਪਾਈ ਹੋਈ ਕਬੱਡੀ ਫਿਰ ਉਹੀ ਨੌਜਵਾਨ ਬੱਲੇ ਬੱਲੇ ਹੋਈ ਪਈ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਪੁਆਇੰਟ ਬੱਬੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਨੌਜਵਾਨ ਪਾ ਅਗਲੀ ਕਬੱਡੀ ਮਾਈਕ ਤੇ ਮੈਂ ਗੱਲ ਕਰੂੰਗਾ ਦਿਲਬਾਗ ਬਰਾੜ ਗੱਜਣ ਵਾਲਾ ਇਧਰਲੇ ਪਾਸੇ ਸਿੰਘ ਇਜ਼ ਕਿੰਗ ਨੌਜਵਾਨ ਕਬੱਡੀ ਪਾਉਣ ਦੇ ਲਈ ਦੇਖੋ ਤਿਆਰੀ ਫੜਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰ ਅਗਲੀ ਕਬੱਡੀ ਪਾਉਂਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਲਾਓ ਸਿੰਘ ਸਰਦਾਰ ਕਬੱਡੀ ਪਾਉਂਦਾ ਤੇ ਹੁਣ ਵੇਖਣਾ ਕਿਹੜਾ ਗੱਭਰੂ ਲਾਓ ਹੋ ਗਿਆ ਮੁਕਾਬਲਾ ਹੋ ਗਿਆ ਮੁਕਾਬਲਾ ਨੌਜਵਾਨ ਸਿੰਘ ਸਰਦਾਰ ਦੀ ਕਬੱਡੀ ਹੈ ਵੀ ਝਟਕਾ ਮਾਰ ਗੱਭਰੂ ਆਵੇ ਗੱਡੀ ਵਿੱਚ ਵਿਚਾਲੇ ਫਸ ਗਈ ਝਟਕਾ ਮਾਰ ਸੋਹਣਿਆ ਵੇ ਗੱਡੀ ਸੰਨ ਵਿਚਾਲੇ ਫਸ ਗਈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਹੁਣ ਅਗਲੀ ਕਬੱਡੀ ਦੇਖਣੀ ਹੈ ਕਿਸ ਗੱਭਰੂ ਦੇ ਹਿੱਸੇ ਹੈ ਹਰਪ੍ਰੀਤ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਫਿਰ ਵਾਧਾ ਹੋਇਆ ਡੇਰਾ ਭੁੱਚੋ ਦੀ ਟੀਮ ਦਾ ਤੇ ਮੇਰੀ ਬੇਨਤੀ ਹੈ ਬੀਬੀ ਵਾਲਾ ਤੇ ਭਾਗੂ ਦੀਆਂ ਟੀਮਾਂ ਬੀਬੀ ਵਾਲਾ ਤੇ ਭਾਗੂ ਦੀਆਂ ਟੀਮਾਂ ਪੁੱਜਣਗੀਆਂ ਇਧਰਲੇ ਪਾਸੇ ਸ਼ਨੀ ਬਾਂਦਰ ਡੋੜ ਪਿੰਡ ਹੈ ਜਿੱਥੋਂ ਦੇ ਸੋਨੇ ਵਰਗੇ ਕਾਲੇ ਵਰਗੇ ਕਬੱਡੀ ਦੇ ਸਟਾਰ ਹੈ ਤੇ ਲਵ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਮੁਕਾਬਲਾ ਜਿਹੜਾ ਹੈ ਇਹ ਸਮਾਪਤ ਹੋ ਚੁੱਕਿਆ
ਹਾਂਜੀ ਵੀਰੇ 75 ਦੀਆਂ ਟੀਮਾਂ ਵੀ ਅਨਾਊਂਸ ਕਰ ਦਿਓ ਤੇ ਇਸ ਮੈਚ ਦਾ ਰਿਜ਼ਲਟ ਨਾ ਦੱਸੋ।